ਨਾ ਕਰੋ ਪਲੀਜ਼। ਬੇਨਤੀ ਹੈ ਸਾਰਿਆਂ ਨੂੰ, ਬਹੁਤ ਬਹੁਤ ਧੰਨਵਾਦ ਪ੍ਰਸ਼ਾਸਨ ਦਾ, ਸਾਰਿਆਂ ਨੂੰ ਦੇ ਕੇ ਜਾਵਾਂਗੇ। ਇਸ ਤੋਂ ਬਾਅਦ ਹੋਰ ਵੀ ਜਿਹੜੀ ਲਿਸਟ ਅਸੀਂ ਬਣਾਈ ਹੋਈ ਆ ਸਾਰਿਆਂ ਨੂੰ ਦੇ ਕੇ ਜਾਵਾਂਗੇ। ਸੋ ਬੇਨਤੀ ਆ ਕਿ ਇਕੱਠ ਨਾ ਕਰੋ, ਧੰਨਵਾਦ। ਹੱਥ 'ਚ ਸਪੀਕਰ ਮਾਈਕ ਫੜੇ ਲੋਕਾਂ ਨੂੰ ਅਪੀਲ ਕਰ ਰਹੇ ਨੇ। ਇਹ ਨੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿੰਗਰ ਰਣਜੀਤ ਬਾਵਾ, ਜੋ ਕਰਫਿਊ ਲੱਗੇ 'ਚ ਘਰ ਤੋਂ ਬਾਹਰ ਨਿਕਲੇ, ਜਿਨ੍ਹਾਂ ਨੇ ਲੋਕਾਂ ਨੂੰ ਰਾਸ਼ਨ ਪਾਣੀ ਦੇਣ ਦਾ ਕੰਮ ਕੀਤਾ। ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਵਾਂਗ ਅਤੇ ਸਮਾਜਿਕ ਅਤੇ ਪ੍ਰਸ਼ਾਸਨ ਦੀ ਤਰ੍ਹਾਂ ਇਸ ਕਰਫਿਊ ਦੀ ਸਥਿਤੀ ਵਿੱਚ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਅੱਗੇ ਆਏ ਨੇ। ਇਸ ਕਾਰਨ ਰਣਜੀਤ ਬਾਵਾ ਨੇ ਬਟਾਲਾ ਪੁਲਿਸ ਤੋਂ ਉਹਨਾਂ ਦੇ ਪਿੰਡ ਬਡਾਲਾ ਗ੍ਰੰਥੀਆਂ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਰਾਸ਼ਨ ਦੀ ਭੇਜਣ ਦੀ ਆਗਿਆ ਲੈ ਲਈ। ਜਿਹੜੇ ਆਪਣੀ ਦਿਹਾੜੀਦਾਰ ਮਜ਼ਦੂਰੀ ਕਰਕੇ ਕੰਮ ਕਰਦੇ ਨੇ, ਉਹਨਾਂ ਦੀ ਸਹਾਇਤਾ ਕੀਤੀ ਗਈ ਅਤੇ ਲੋੜਵੰਦ ਲੋਕਾਂ ਨੂੰ ਰਾਸ਼ਨ ਦਿੱਤਾ ਗਿਆ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਬਟਾਲਾ ਪੁਲਿਸ ਦਾ, DSP ਸਾਹਿਬ, SP ਸਾਹਿਬ, ਸਾਰੇ ਪ੍ਰਸ਼ਾਸਨ ਦਾ, ਜਿਨ੍ਹਾਂ ਨੇ ਸਾਨੂੰ ਇਸ ਜਿਹੜੀ ਆ ਮਨਜ਼ੂਰੀ ਦਿੱਤੀ ਔਰ ਸਾਡੇ ਨਾਲ ਆਏ ਆ ਇਸ ਹੈਲਪ ਦੇ ਲਈ। ਮੈਂ ਚਾਹੁੰਦਾ ਕਿ ਸਾਰੇ ਹੀ ਜਿੱਦਾਂ ਲੱਗੇ ਹੋਏ, ਮੈਂ ਪਹਿਲਾਂ 2-3 ਦਿਨ ਪਹਿਲਾਂ ਪੋਸਟ ਪਾਈ ਸੀ ਕਿ ਜਦੋਂ ਵੀ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜਿੱਦਾਂ ਪਿੱਛੇ ਜਿਹੇ ਹੜ੍ਹ ਆਏ ਸੀ ਜਾਂ ਪੁਲਵਾਮਾ ਅਟੈਕ ਹੋਇਆ ਸੀ, ਸਾਡੇ ਵੱਲੋਂ ਜੋ ਵੀ ਕੁਛ ਕੀਤਾ ਜਾਂਦਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੁਛ ਨਾ ਕੁਛ ਕੀਤਾ ਜਾਵੇ। ਸੋ ਇੱਕ ਪੋਸਟ ਪਾਉਣ ਦੇ ਨਾਲ ਮਤਲਬ ਇਹ ਹੁੰਦਾ ਕਿ ਸਾਡਾ ਜਿਹੜਾ ਕਲਾਕਾਰਾਂ ਦਾ ਭਾਈਚਾਰਾ, ਉਹਦੇ 'ਚ 2-4 ਬੰਦਿਆਂ ਦਾ ਹੋਰ ਉਹਦੇ ਨਾਲ ਮਨੋਬਲ ਵੱਧਦਾ ਕਿ ਯਾਰ ਕੀਤਾ ਜਾਵੇ। ਜਿੱਦਾਂ ਸਾਰੇ ਲੱਗੇ, ਸਰਤਾਜ ਭਾਅ ਜੀ ਲੱਗੇ ਉਹ ਆਪਣੀ ਫਾਊਂਡੇਸ਼ਨ ਵੱਲੋਂ, ਐਵੇਂ ਵਿਰਕੋ ਨਹੀਂ ਲੱਗੇ ਆ, ਗਿੱਪੀ ਭਾਅ ਜੀ ਹੋਣੀ ਲੱਗੇ ਆ, ਤਾਂ ਅਸੀਂ ਵੀ ਸੋਚਿਆ ਕਿ ਆਪਣੇ ਪਿੰਡ, ਆਪਣੇ ਇਲਾਕੇ ਦੇ ਵਿੱਚ ਉਹਨਾਂ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਵੇ ਜਿਨ੍ਹਾਂ ਦਾ ਬਿਲਕੁਲ ਮਜ਼ਦੂਰੀ ਦੇ ਸਿਰ 'ਤੇ ਪਰਿਵਾਰ ਚੱਲਦਾ ਸੀ ਔਰ ਡੇਲੀ ਜਿਨ੍ਹਾਂ ਦੀ ਮਜ਼ਦੂਰੀ ਦੇ ਨਾਲ ਉਹਨਾਂ ਦਾ ਰਾਸ਼ਨ ਪਾਣੀ ਹੁੰਦਾ ਸੀ। ਸੋ ਬੇਸਿਕਲੀ ਅਸੀਂ ਉਹ ਕੁਛ ਪਰਿਵਾਰ ਪਿੰਡ ਦੇ ਵਿੱਚ ਕੱਢੇ ਆ, ਕੁਛ ਬਟਾਲੇ ਕੱਢੇ ਆ, ਕੁਛ ਆਸੇ ਪਾਸੇ ਦੇ 2-4 ਪਿੰਡਾਂ ਦੇ ਵਿੱਚ ਕੁਛ ਐਸੇ ਪਰਿਵਾਰ ਆ ਕਿ ਜਿਨ੍ਹਾਂ ਨੂੰ ਬਿਲਕੁਲ ਰਾਸ਼ਨ ਦੀ ਲੋੜ ਆ, ਉਹ ਉਸ ਕਰਕੇ ਸਮਝਦੇ ਕਿ ਬਾਕੀ ਲੋਕਾਂ ਨੂੰ ਐਫਰਟਸ ਕਰਨੇ ਚਾਹੀਦੇ ਆ, ਆਮ ਲੋਕਾਂ ਨੂੰ ਜਿਵੇਂ ਆਂਢ ਗੁਆਂਢ ਵਿੱਚ ਕਿਸੇ ਕੋਈ ਲੋੜ ਬਣਦਾ ਤੁਸੀਂ ਮਤ ਖੁਦ ਵੀ ਲੋਕਾਂ ਨੂੰ ਕਰਦੇ? ਬਿਲਕੁਲ, ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਆ ਕਿ ਤੁਸੀਂ ਆਪਣੇ ਘਰਾਂ 'ਚ ਰਹੋ, ਕਿਉਂਕਿ ਪ੍ਰਸ਼ਾਸਨ ਇਹਦੇ ਲਈ ਬਹੁਤ ਜ਼ਿਆਦਾ ਹੈਲਪ ਕਰ ਰਿਹਾ। ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਰਾਸ਼ਨ ਸਟੋਰ ਕੀਤਾ ਹੋਇਆ ਕਿ ਜਿਹੜੇ ਲੋਕ ਨਹੀਂ ਕੰਮਕਾਰ, ਜਿਨ੍ਹਾਂ ਦੇ ਠੱਪ ਆ, ਪ੍ਰਸ਼ਾਸਨ ਉਹਨਾਂ ਦੇ ਘਰਾਂ ਤੱਕ ਪਹੁੰਚਾਊਗਾ। ਬੇਸਿਕਲੀ ਜਿਹੜੀ ਬੇਨਤੀ ਇਹ ਆ ਕਿ ਤੁਸੀਂ ਘਰਾਂ 'ਚੋਂ ਬਾਹਰ ਨਾ ਨਿਕਲੋ, ਰਸ਼ ਬਹੁਤਾ ਨਾ ਕਰੋ। ਹੁਣ ਵੀ ਹਾਲ ਦੀ ਘੜੀ ਜਿੰਨੇ ਵੀ ਲੋਕ ਆਏ, ਅਸੀਂ ਸਾਰਿਆਂ ਨੂੰ ਪਹਿਲਾਂ ਸੈਨੀਟਾਈਜ਼ ਦੇ ਕੇ ਫਿਰ ਉਹਨਾਂ ਨੂੰ ਇਹ ਸਾਰਾ ਕੁਝ ਦਿੱਤਾ ਕਿ ਯਾਰ ਤੁਸੀਂ ਆਪਣੀ ਪ੍ਰੀਕੋਸ਼ਨ ਜ਼ਰੂਰ ਲਓ ਔਰ ਇੱਕ ਦੂਜੇ ਦੀ ਹੈਲਪ ਕਰੋ। ਜਿਹੜੇ ਜੱਟ ਜ਼ਿਮੀਂਦਾਰ ਪਰਿਵਾਰ ਆ ਜਿਨ੍ਹਾਂ ਦੇ 10-12 ਕਿੱਲੇ, 2-2-4 ਕਿੱਲੇ ਜ਼ਮੀਨ ਆ, ਉਹਨਾਂ ਕੋਲ ਕਣਕ ਤਾਂ ਹੋਊਗੀ ਹੋਊਗੀ। ਸੋ ਕੋਸ਼ਿਸ਼ ਕਰੋ ਕਿ ਜਿਹੜੇ ਤੁਹਾਡੇ ਲਾਗੇ ਮਜ਼ਦੂਰ ਜਾਂ ਹੋਰ ਲੋਕ ਆ ਜਿਨ੍ਹਾਂ ਦਾ ਮਜ਼ਦੂਰੀ ਦੇ ਸਿਰ 'ਤੇ ਘਰ ਚੱਲਦਾ, ਉਹਨਾਂ ਨੂੰ 2-2-4 ਕਿੱਲੋ ਕਣਕ ਦਿਓ ਤਾਂ ਕਿ ਉਹਨਾਂ ਦਾ ਭਲਾ ਹੋ ਸਕੇ, ਕਿਉਂਕਿ ਥੋੜ੍ਹਾ ਜਿਹਾ ਲੰਬਾ ਚੱਲੂਗਾ ਟਾਈਮ ਪੀਰੀਅਡ। ਇਹ ਕੋਈ 2-4 ਦਿਨਾਂ ਵਾਲਾ ਕੰਮ ਨਹੀਂ ਹੈਗਾ ਕਿ 2-4 ਦਿਨਾਂ ਦੇ ਵਿੱਚ ਕੰਪਲੀਟ ਹੋ ਜਾਊਗਾ। ਸਰ ਆਮ ਦੇਖਣ ਨੂੰ ਮਿਲਦਾ ਕਿ ਲੋਕ ਕਰਫਿਊ ਦੌਰਾਨ ਵੀ ਘਰਾਂ 'ਚ ਬਾਹਰ ਨਿਕਲ ਰਹੇ ਹੋ, ਕੀ ਅਪੀਲ ਕਰਨਾ ਚਾਹੁੰਦੇ ਹੋ? ਉਹਨਾਂ ਨੂੰ ਅਪੀਲ ਪ੍ਰਸ਼ਾਸਨ ਹੈਗਾ ਜੀ, ਕਰ ਰਿਹਾ ਆ। ਸੋ ਤੁਸੀਂ ਆਪਣੀ ਭਲਾਈ ਆ ਜੀ, ਕਿਉਂਕਿ ਤੁਸੀਂ ਇੱਕ ਬੰਦਾ ਵੀ ਬਾਹਰ ਨਿਕਲੂਗਾ ਤੇ ਉਹਦੇ ਨਾਲ ਪਤਾ ਨਹੀਂ ਕਿੰਨੇ ਲੋਕ ਜਿਹੜੇ ਆ ਉਹ ਪ੍ਰਭਾਵਿਤ ਹੋਣਗੇ। ਸੋ ਪਲੀਜ਼ ਤੁਸੀਂ ਆਪਣੇ ਆਪ ਨੂੰ ਬਚਾ ਕਰੋ। ਜੇ ਬਹੁਤ ਕੋਈ ਜ਼ਰੂਰੀ ਕੰਮ ਆ ਤਾਂ ਤੁਸੀਂ ਪ੍ਰਸ਼ਾਸਨ ਨੂੰ ਦੱਸ ਕੇ ਜਾ ਸਕਦੇ ਹੋ। ਵੈਸੇ ਇਹ ਨਹੀਂ ਕਿ ਤੁਸੀਂ ਸੜਕਾਂ 'ਚ ਤੁਰੇ ਫਿਰੋ, ਜਾਂ ਹੁਣ ਵੀ ਜਿੱਦਾਂ ਅਸੀਂ ਆਏ ਹਾਂ ਤਾਂ ਅਸੀਂ ਪ੍ਰਸ਼ਾਸਨ ਦੀ ਮਦਦ ਦੇ ਨਾਲ ਇੱਥੇ ਆਏ ਹਾਂ, ਇੱਦਾਂ ਨਹੀਂ ਕਿ ਅਸੀਂ ਆਪ ਹੀ ਮੂੰਹ ਚੁੱਕ ਕੇ ਤੁਰੇ ਆਏ ਹਾਂ। ਸੋ ਪਲੀਜ਼ ਤੁਹਾਡੇ ਸਾਰਿਆਂ ਦੀ ਭਲਾਈ ਲਈ ਆ, ਅਸੀਂ ਸਾਰੇ ਹੈਗੇ ਹਾਂ, ਪ੍ਰਸ਼ਾਸਨ ਹੈਗਾ ਆ, ਜਿਹਨੂੰ ਕਿਸੇ ਨੂੰ ਲੋੜ ਆ ਅਸੀਂ ਕਰ ਸਕਦੇ ਹਾਂ। ਸੋ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ, ਆਓ ਜੀ। ਇਹ ਦੇਖੋ, ਵਰਲਡ ਦੇ ਉੱਤੇ ਬਹੁਤ ਵੱਡੀ ਜਿਹੜੀ ਆ ਸੰਕਟ ਆਇਆ ਹੈ, ਇਹਨੂੰ ਆਪਾਂ ਇਕੱਠੇ ਰਲ ਮਿਲ ਕੇ ਕਰਕੇ ਹੀ ਦੂਰ ਕਰ ਸਕਦੇ ਹਾਂ। ਜੇ ਕਹੀਏ ਵੀ ਇਕੱਲਾ ਇਹ ਗੌਰਮੈਂਟ ਦਾ ਕੰਮ ਹੈ ਵੀ ਗੌਰਮੈਂਟ ਹੀ ਕਰੇ, ਪਰ ਇਹਦੇ ਨਾਲ ਪਬਲਿਕ ਨੂੰ ਵੀ ਸਹਿਯੋਗ ਦੇਣਾ ਚਾਹੀਦਾ। ਅਸੀਂ ਲੋਕਾਂ ਮੂਹਰੇ ਸਾਡੀ ਇਹ ਬੇਨਤੀ ਆ ਵੀ ਆਪਣੇ ਆਪਣੇ ਘਰਾਂ 'ਚ ਰਹਿਣ। ਅਸੀਂ ਕਾਫੀ ਕੁਛ ਰਾਸ਼ਨ ਜਿਹੜੇ ਲੋਕਾਂ ਦੇ ਗਰੀਬ ਆ, ਜਿਹੜੇ ਡੇਲੀ ਕਮਾਉਣ ਵਾਲੇ ਸੀ, ਉਹਨਾਂ ਦੇ ਘਰਾਂ ਦੇ ਵਿੱਚ ਰਾਸ਼ਨ ਪਹੁੰਚਾ ਰਹੇ ਹਾਂ। ਜਿੱਦਾਂ ਸਾਡੇ ਭਰਾ ਵੀ ਮੂਹਰੇ ਆਏ ਆ, ਇੱਦਾਂ ਅਸੀਂ ਬਾਕੀਆਂ ਗਾਇਕਾਰਾਂ ਦੇ ਅੱਗੇ ਵੀ ਜਿਹੜੇ ਮੇਨ ਹਸਤੀਆਂ ਹੈਗੀਆਂ ਉਹਨਾਂ ਦੇ ਬੇਨਤੀ ਕਰਦੇ ਹਾਂ ਵੀ ਉਹ ਵੀ ਮੂਹਰੇ ਆਉਣ ਔਰ ਘੱਟੋ ਘੱਟ ਆਪਣਾ ਇੱਕ ਇੱਕ 2-2 ਪਿੰਡ ਅਡੋਪਟ ਕਰਨ ਵੀ ਉਹਨਾਂ ਨੂੰ ਅਸੀਂ ਤਾਂ ਕਿ ਰਾਸ਼ਨ ਦੇ ਸਕੀਏ। ਪਬਲਿਕ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਵੀ ਆਪਸ ਦੇ ਵਿੱਚ ਆਪਣੇ ਘਰਾਂ 'ਚ ਹੀ ਬੈਠਣ। ਕਰਫਿਊ ਦਾ ਮਤਲਬ ਕਰਫਿਊ ਹੁੰਦਾ ਆ, ਪਰ ਜੇ ਕਿਸੇ ਨੇ ਹੋਸਪਿਟਲ ਜਾਣਾ ਆ ਜਾਂ ਕਿਤੇ ਵੀ ਜਾਣਾ ਆ, ਉਹਦੀ ਅਸੀਂ ਪਰਮਿਸ਼ਨ ਦੇ ਰਹੇ ਹਾਂ। ਹੋਸਪਿਟਲ ਜਾਣ ਲਈ ਡੋਰ ਟੂ ਡੋਰ ਰਾਸ਼ਨ ਪਹੁੰਚਾ ਰਹੇ ਹਾਂ। ਇਹ ਸਖ਼ਤ ਹਦਾਇਤਾਂ ਆ CM ਸਾਹਿਬ ਦੀਆਂ ਵੀ ਕੋਈ ਵੀ ਬੰਦਾ ਜਿਹੜਾ ਭੁੱਖ ਦੇ ਨਾਲ ਨਹੀਂ ਰਹਿਣਾ ਚਾਹੀਦਾ, ਔਰ ਸਾਡੀ ਪੂਰੀ ਕੋਸ਼ਿਸ਼ ਆ ਵੀ ਅਸੀਂ ਇਹਨੂੰ ਜਲਦੀ ਤੋਂ ਜਲਦੀ ਜਿਹੜੀ ਇਸ ਬਿਮਾਰੀ 'ਤੇ ਜਿਹੜਾ ਕੰਟਰੋਲ ਕਰ ਲਵਾਂਗੇ। ਹਾਂ ਹਾਂ ਠੀਕ ਹੈ, ਬਾਅਦ ਚ ਕਰਾ ਲਿਓ, ਲੇਕਿਨ ਹੁਣ ਉੱਥੇ ਖੜੀਆਂ ਨੇ।
ਚਾਦਰ ਜੀ ਤਾਂ ਚੁੱਕ ਚਾਦਰ ਜੀ ਆਟੇ ਵਾਲੀ ਗੁੱਤੀ ਫਰਾਇਆ ਆਟੇ ਵਾਲੀ ਗੁੱਤੀ ਫਰਾਇਆ ਫਰਾਈ ਸਾਹਮਣੇ ਹੋ ਜਾਓ ਫੇਸ ਕਰਾ ਕਰਾ ਦਿਓ ਭਾਜੀ ਸਾਰਿਆਂ ਦੇ ਨਹੀਂ ਥੋੜੇ ਖੁੱਲੇ ਹੋ ਜਾਈ ਯਾਰ ਥੋੜੇ ਮੂੰਹ ਤੱਕ ਰੱਖੋ ਆਪਣੇ ਵਿੱਕੀ ਥੋੜਾ ਪਿੱਛੇ ਨਹੀਂ ਭਾਜੀ ਫੜੋ ਥਾਲੀ ਫੜੋ ਥੋੜੇ ਖੁੱਲੇ ਹੋ ਜਾਈ ਠੀਕ ਹੈ ਭਾਈ ਭਾਜੀ ਮਾਰਾ ਆਪੋ ਚ ਵੀ ਡਿਸਟੈਂਸ ਕਰ ਲਓ ਭਾਜੀ ਇਕੱਠ ਨਾ ਕਰੋ ਪਲੀਜ਼ ਬੇਨਤੀ ਆ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਪ੍ਰਸ਼ਾਸਨ ਦਾ ਸਾਰਿਆਂ ਨੂੰ ਦੇ ਕੇ ਜਾਵਾਂਗੇ ਇਸ ਤੋਂ ਬਾਅਦ ਹੋਰ ਵੀ ਜਿਹੜੀ ਲਿਸਟ ਅਸੀਂ ਬਣਾਈ ਹੋਈ ਆ ਸਾਰਿਆਂ ਨੂੰ ਦੇ ਕੇ ਜਾਵਾਂਗੇ ਸੋ ਬੇਨਤੀ ਆ ਕਿ ਇਕੱਠ ਨਾ ਕਰੋ ਧੰਨਵਾਦ ਕੋਈ ਗੱਲ ਨਹੀਂ ਸ਼ੋਕ ਪਿੱਛੇ ਸ਼ੋਕ ਇੱਧਰ ਨੂੰ ਥੋੜਾ ਲਿਫਾਫਾ ਇੱਕ ਮਿੰਟ ਫੋਟੋ ਕਰ ਲਈ ਇੱਧਰ ਵੇਖੋ ਆਂਟੀ ਜੀ।